ਹੁਸ਼ਿਆਰਪੁਰ ਦੇ ਦਸੂਹਾ ਵਿੱਚ ਧੋਖੇਬਾਜ ਏਜੰਟਾਂ ਦੇ ਜਾਲ ਵਿੱਚ ਫਸੇ ਦਸੂਹਾ ਦੇ ਨੌਜਵਾਨ ਦੀ ਸਰਬੀਆ 'ਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਸਾਹਿਲ ਕੁਮਾਰ ਉਮਰ 20 ਸਾਲ ਪੁੱਤਰ ਪ੍ਰੇਮ ਵਾਸੀ ਕੋਟਲੀ ਖੁਰਦ ਦਾ ਰਹਿਣ ਵਾਲਾ ਸੀ। ਮ੍ਰਿਤਕ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਦੀ ਲਾਸ਼ ਨੂੰ ਸਰਬੀਆ ਤੋਂ ਕਢਵਾ ਕੇ ਵਾਰਸਾਂ ਹਵਾਲੇ ਕੀਤਾ ਜਾਵੇ। ਦੂਜੇ ਪਾਸੇ ਮ੍ਰਿਤਕ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਆਪ ਵਿਧਾਇਕ ਕਰਮਵੀਰ ਸਿੰਘ ਘੁੰਮਣ ਦੇ ਪਿਤਾ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਦੋਸ਼ੀ ਟਰੈਵਲ ਏਜੰਟਾਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦੁਆਬਾ ਮੇਲ ਦੇ ਨਾਲ ਵਿਮਲ ਪ੍ਰੈਸ਼ਰ ਦੀ ਵਿਸ਼ੇਸ਼ ਰਿਪੋਰਟ। ਏਜੰਟ ਇੱਕ ਬੁੱਧਰਕ ਦਾ ਹੀ ਅਤੇ ਇੱਕ ਸਗਾਈ ਪਟਿਆਲੇ ਦਾ। ਬੁੱਧਰਕ ਦਾ ਜਿਹੜਾ ਕਮਲ ਚੀਮਾ ਹੈਗਾ ਪਟਿਆਲੇ ਦਾ ਅਕਵਾਲ ਸੰਧੂ ਸੀਗਾ ਅਤੇ ਜਿਹੜਾ ਬੁੱਧਰਕ ਦਾ ਸੀਗਾ ਇਹਨੇ ਸਭ ਤੋਂ ਪਹਿਲਾਂ 12 ਲੱਖ ਰੁਪਈਆ ਲਿਆ ਸੀਗਾ। 12 ਲੱਖ ਰੁਪਈਆ ਲਿਆ ਅਤੇ ਕਹਿੰਦਾ ਮੈਂ ਬਾਹਰ ਭੇਜ ਦਾਂਗਾ। ਇਹਨੇ ਫਿਰ ਮੁੰਡੇ ਸਾਡੇ ਤਾਂ ਭੇਜ ਦਿੱਤਾ ਅੱਗੇ ਸਰਬੀਆ ਜ਼ਿਲ੍ਹੇ ਚਲ ਗਿਆ। ਸਰਬੀਆ ਜ਼ਿਲ੍ਹੇ ਚਲ ਗਿਆ ਤਾਂ ਫਿਰ ਇਹਨੇ ਪੈਸਾ ਨਹੀਂ ਕੋਈ ਦਿੱਤਾ, ਬੰਦਾ ਹੋਰ ਕੋਈ ਚੜ੍ਹਾਤਾ ਸੀ। ਬੇਟੇ ਨੇ ਦੱਸਿਆ ਬੰਦਾ ਹੋਰ ਕੋਈ ਚੜ੍ਹਾਤਾ ਤਾਂ ਜਿਹੜਾ ਅਕਵਾਲ ਸੰਧੂ ਆ ਇਹ ਕਹਿੰਦਾ ਵੀ ਸਾਡੇ ਕੋਲ ਕੋਈ ਪੈਸਾ ਨਹੀਂ ਪਹੁੰਚਿਆ। ਕਹਿੰਦਾ ਵੀ ਉਹਦੇ ਨਾਲ ਗੱਲ ਕਰਾਓ, ਉਹਦੇ ਨਾਲ ਗਾਲੀ ਵਾਲੀ ਹੁੰਦਾ ਰਿਹਾ ਚੀਮੇ ਨਾਲ ਤਾਂ ਉਹਨੇ ਕੁਛ ਨਹੀਂ ਦੱਸਿਆ। ਉਹ ਕਹਿੰਦਾ ਜੇ ਨਾ ਪੈਸਾ ਦਿੱਤਾ ਅਸੀਂ ਮੁੰਡੇ ਨੂੰ ਮਾਰਾਂਗੇ। ਫਿਰ ਸਾਨੂੰ 7 ਲੱਖ ਰੁਪਈਆ ਦੇਣਾ ਪਿਆ, ਇਹਨੇ ਕੋਈ ਪੈਸਾ ਨਹੀਂ ਦਿੱਤਾ। ਇੱਦਾਂ 19 ਲੱਖ ਰੁਪਈਆ ਬਣ ਗਿਆ ਸਾਡਾ। ਉਹਨਾਂ ਦੇ ਪਰਿਵਾਰਕ ਮੈਂਬਰ ਵੀ ਪੈਸੇ ਲੈਣਾ ਸੀ ਤੁਹਾਡੇ ਕੋਲ? ਹਾਂਜੀ, ਉਹਦੀ ਵਾਈਫ ਵੀ ਹਨ। ਹਾਂਜੀ, ਅਤੇ ਤੁਹਾਨੂੰ ਕਿੱਦਾਂ ਪਤਾ ਲੱਗਾ ਤੁਹਾਡੇ ਸਾਹਿਲ ਦੀ ਮ੍ਰਿਤਿਕ ਹੋ ਗਈ? ਇਹ ਸਾਡੀ ਗੱਲ ਨਹੀਂ ਕਰਾਉਂਦੇ, 3 ਮਹੀਨੇ 8ਵੇਂ ਮਹੀਨੇ ਦੀ 17 ਤਰੀਕ ਨੂੰ ਸਾਡੀ ਗੱਲ ਹੋਈ ਆ। ਉਸ ਤੋਂ ਬਾਅਦ ਜੇ ਆਪਾਂ ਇਹਨਾਂ ਨੂੰ ਕਹਿਣਾ ਨਾ, ਇਹਨਾਂ ਨੇ ਕਹਿਣਾ ਫਲਾਨੇ ਕੈਂਪ 'ਚ ਆ, ਉਹਦੇ 'ਚ ਆ, ਇਹਦੇ 'ਚ ਆ, ਇੱਦਾਂ ਹੀ ਕਰਦਿਆਂ 3 ਮਹੀਨੇ ਨਘਾਤੇ। ਜਿਹੜੇ 3 ਮਹੀਨੇ ਹੋ ਗਏ ਅਸੀਂ ਕਿਹਾ ਵੀ ਗੌਰ ਨਹੀਂ ਕਰਦੇ, ਫਿਰ ਅਸੀਂ ਫੋਟੋ ਵਾਇਰ ਕਰਾਈ ਤਾਂ ਉਸ ਤੋਂ ਬਾਅਦ ਫਿਰ ਸਾਨੂੰ 3 ਦਿਨ ਬਾਅਦ ਪਤਾ ਲੱਗ ਗਿਆ ਬੇਟੇ ਦੀ ਡੈਥ ਹੋ ਗਈ ਆ। ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੁਸੀਂ? ਅਸੀਂ ਇਹ ਮੰਗ ਕਰਦੇ ਵੀ ਉਹਨਾਂ ਨੂੰ ਸਾਡੇ ਬੇਟੇ ਨੂੰ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਆ, ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਹੋਣੀ ਚਾਹੀਦੀ ਆ। ਮੇਰਾ ਬੇਟਾ ਬਹੁਤ ਵਧੀਆ, ਇੱਧਰ ਦਾ ਬੱਚਾ ਹਰ ਇੱਕ ਨੂੰ ਦੇਵੇ ਰੱਬ। ਆਖਰੀ ਵਾਰ ਗੱਲ ਕਦੋਂ ਹੋਈ ਸੀ ਤੁਹਾਡੀ? 8ਵੇਂ ਮਹੀਨੇ 17 ਤਰੀਕ ਦੀ ਗੱਲ ਹੋਈ, ਮੁੜ ਕੇ ਨਹੀਂ ਹੋਈ। ਕੀ ਮੰਗ ਕਰਦੇ ਹੋ ਭਾਰਤ ਸਰਕਾਰ ਤੋਂ? ਇਨਸਾਫ ਚਾਹੀਦਾ, ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ, ਗਾਂ ਬੱਚਿਆਂ ਤੋਂ ਕਿਸੇ ਨੇ ਇੱਦਾਂ ਨਾ ਕਰਨਾ ਜੋ ਸਾਡੇ ਬੱਚੇ ਨਾਲ ਹੋ ਗਿਆ। ਡੈਡ ਬੋਡੀ ਦਾ ਵੀ ਸਾਨੂੰ ਡੈਡ ਬੋਡੀ ਚਾਹੀਦੀ, ਮੈਂ ਆਪਣੇ ਬੱਚੇ ਦਾ ਮੂੰਹ ਦੇਖਣਾ ਚਾਹੁੰਦੀ ਹਾਂ ਆਖਰੀ ਵਾਰੀ। ਅੱਜ ਅਸੀਂ ਪਤਾ ਲੱਗਾ ਸੀਗਾ ਸਵੇਰੇ ਬਈ ਸਾਡੇ ਇਲਾਕੇ ਦਾ ਨੌਜਵਾਨ ਕੋਟਲੀ ਖੁਰਦ ਦਾ ਸਾਹਿਲ ਜਿਹੜਾ ਅਰਮਾਨੀਆ 'ਚ ਉਹਨੂੰ ਮਾਰ ਦਿੱਤਾ ਉੱਥੇ ਏਜੰਟਾਂ ਨੇ, ਅਤੇ ਅਸੀਂ ਉਸ ਸੰਬੰਧ ਦੇ ਵਿੱਚ ਮੇਰੇ ਨਾਲ DSP ਸੂਬਾ ਸਾਹਿਬ ਬਲਵੀਰ ਸਿੰਘ ਅਤੇ ਹੋਰ ਸਾਡੀ ਪਾਰਟੀ ਦੇ ਸਾਰੇ ਇੱਥੇ ਆਏ ਨੇ। ਉਹਨਾਂ ਨਾਲ ਦੁੱਖ ਸਾਂਝਾ ਵੀ ਕੀਤਾ, ਉਹਨਾਂ ਨੂੰ ਵਿਸ਼ਵਾਸ ਵੀ ਦਵਾਇਆ ਅਤੇ ਜੋ ਵੀ ਕਾਰਵਾਈ ਬਣਦੀ ਹੋਏਗੀ ਮਹਿਕਮੇ ਵੱਲੋਂ ਪੁਲਿਸ ਮਹਿਕਮੇ ਵੱਲੋਂ ਤਾਂ ਕੀਤੀ ਜਾਏਗੀ। ਬਾਕੀ MLA ਸਾਹਿਬ ਵੱਲੋਂ ਵਿਸ਼ੇਸ਼ ਤੌਰ 'ਤੇ ਮੈਨੂੰ ਭੇਜਿਆ, ਮੈਂ ਉਹਨਾਂ ਦਾ ਪਿਤਾ ਜੀ ਹਾਂ, MLA ਸਾਹਿਬ ਚੰਡੀਗੜ੍ਹ ਗਏ ਸੀ, ਉਹ ਵੀ ਆਉਣਗੇ 2-4 ਦਿਨ 'ਚ ਇੱਥੇ ਆ ਕੇ ਮਿਲਣਗੇ ਇਹਨਾਂ ਪਰਿਵਾਰ ਨੂੰ। ਜੋ ਪਰਿਵਾਰ ਸਾਨੂੰ ਕਹੇਗਾ, ਜਿਹੜੀ ਡਿਊਟੀ ਸਾਡੀ ਹੈ ਬਣਦੀ ਹੈ, ਉਸੀ ਡਿਊਟੀ ਨਿਭਾਉਣ ਦਾ ਯਤਨ ਕਰਾਂਗੇ। ਜਿਹੜਾ ਗਰੀਬ ਪਰਿਵਾਰ ਆ ਇਹਨੂੰ ਅਸੀਂ ਉਹ ਏਜੰਟਾਂ ਨੂੰ ਛੇਤੀ ਤੋਂ ਛੇਤੀ ਅਰੈਸਟ ਕਰਕੇ ਅਸੀਂ ਜੇਲ੍ਹਾਂ ਦੇ ਵਿੱਚ ਸੁੱਟ ਕੇ ਇਹਨਾਂ ਦੀ ਹੱਕ ਅਸੀਂ ਕਰਾਵਾਂਗੇ। ਪਰਿਵਾਰ ਬੜਾ ਦੁੱਖ ਹੋਇਆ ਅਤੇ ਬੜਾ ਦੁਖਦਾਈ ਸਮਾਂ ਹੈ, ਅਤੇ ਅੱਜ ਪਰਿਵਾਰ ਨਾਲ ਜਦੋਂ ਮਿਲੇ ਹਾਂ ਅਤੇ ਮਨ ਨੂੰ ਠੇਸ ਬੜੀ ਪਹੁੰਚੀ ਹੈ ਵੀ ਬਹੁਤ ਛੋਟੀ ਉਮਰ ਦਾ ਜਿਹੜਾ ਨੌਜਵਾਨ ਹੈ 20 ਸਾਲ ਦਾ ਤਕਰੀਬਨ ਵੀ ਸਾਡੇ ਤੋਂ ਚਲਾ ਗਿਆ। ਉਹਦੇ ਲਈ ਅਸੀਂ ਪਰਮਾਤਮਾ ਅੱਗੇ ਅਰਦਾਸ ਇਹੀ ਕਰਦੇ ਹਾਂ ਵੀ ਉਹ ਠੀਕ ਠਾਕ ਹੀ ਹੋਵੇ, ਇਹ ਖਬਰ ਹੀ ਝੂਠੀ ਹੋਵੇ, ਵੀ ਇਸ ਪਰਿਵਾਰ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੌਸਲਾ ਦੇ ਸਕੇ ਆਪਣੇ ਪਰਿਵਾਰ। ਬਹੁਤ ਬਹੁਤ ਧੰਨਵਾਦ। ਦੇਖੋ ਅੱਜ ਹੀ ਪਤਾ ਲੱਗਾ ਸਰਦਾਰ ਜਗਮੋਹਨ ਸਿੰਘ ਬੱਬੂ ਹੋਣਾ ਕੋਲੋਂ ਦੱਸੋ, ਇਹਨਾਂ ਨੇ ਮੈਨੂੰ ਫੋਨ 'ਤੇ ਦੱਸਿਆ ਸੀ ਵੀ ਇਸ ਤਰ੍ਹਾਂ ਕੋਟਲੀ ਖੁਰਦ ਦਾ ਲੜਕਾ ਸਾਹਿਲ, ਅੱਜ ਸਾਹਿਲ ਦੇ ਘਰ ਅਸੀਂ ਖੜ੍ਹੇ, ਉਹਨਾਂ ਦੇ ਫਾਦਰ ਸਾਹਿਬ ਦੇ ਕੋਲ, ਪ੍ਰੇਮ ਹੋਣਾ ਦੇ ਕੋਲ ਆਏ ਹੈਗੇ ਹਾਂ। ਬੜਾ ਦੁੱਖ ਦਾ ਟਾਈਮ ਹੈਗਾ ਪਰਿਵਾਰ ਦੇ ਇਲਾਕੇ ਵਾਸਤੇ ਜੀ। ਇਹ ਪਤਾ ਲੱਗਾ ਵੀ ਟਰੈਵਲ ਏਜੰਟਾਂ ਨੇ ਪੁਰਤਗਾਲ ਦੀ ਗੱਲ ਸਿੱਧੀ ਕਰਕੇ 19 ਲੱਖ ਰੁਪਈਆ ਲੈ ਕੇ ਪਰਿਵਾਰ ਤੋਂ, ਅਤੇ ਪਹਿਲਾਂ ਹੋਰ ਕੰਟਰੀਆਂ ਵਿੱਚ ਭੇਜ ਦਿੱਤਾ ਜਿੱਥੇ ਉਹ, ਇਹਨਾਂ ਨੂੰ ਪਤਾ ਲੱਗਾ ਪਰਿਵਾਰ ਨੂੰ ਵੀ ਸਾਡੇ ਬੱਚੇ ਨੂੰ ਉੱਥੇ ਡੌਂਕਰਾਂ ਨੇ
कुट के जिहड़ा उन्हूं मार दिता तो इस करके असीं दुख की घड़ी में भी शामिल होने वास्ते हैं। बाकी कानूनी तौर पर जो भी कार्रवाई ट्रैवल एजेंटा के खिलाफ़ बनती है जी, इन्हों का बयान लिख के असीं मैं मानयोग एस एस पी साहब ना गल फोन पर करके ना जी इन्हों के खिलाफ़ असीं ट्रैवल एजेंटा के खिलाफ़ कार्रवाई करांगे। और जिहड़ा डेड बॉडी जिहड़ी लियाउण दी सरकारी तौर पर प्रक्रिया हुंदी आ वो मानयोग एम एल ए साहब घुमण साहब की मदद नाल ते सीनियर अफसर की मदद नाल वो भी जिहड़ी शुरू करावांगे असीं, तो जिहड़ा बच्चा जल्दी इस परिवार के आ जाए तो कानूनी कार्रवाई जी ट्रैवल एजेंटा के खिलाफ करके तो उन्होंने जल्दी तो जल्दी गिरफ्तार करांगे जी। एक जिहड़ा खैराबाद का जिहड़ा वो पहले ही पीओ है जिहड़ा एजेंट ट्रैवल एजेंट है पहले पीओ किया गया वो बाहर भज गया एक दूसरा जिहड़ा आ पटियाला तो एजेंट आ उहदे बरखलाफ की कार्रवाई करो जिहड़े इस नहीं बुद्धू वर्क का दस रहे बुद्धू वर्क का हाँ जी बुद्धू वर्क का लड़का है जिहदे नाल गल हुई सी इहनां दी ऑलरेडी पहले ही बाहर जा चुका तो जिहड़ा दूजा है उहदा असीं एल ओ सी जारी करा देवांगे इमीजिएटली। हाँ जी तो यदी भी एल ओ सी जारी करावे उधरों आऊँगा बाहरली कंट्री तो उदों फड़िया जाऊगा जी, तो बाकी जो ट्रैवल एजेंट इतने गा वो एल ओ सी जारी करा देवे असी। ਤੁਹਾਡੀ ਆਪਣੀ ਭਰੋਸੇਮੰਦ ਅਕੈਡਮੀ ਈ ਪਲੈਨਟ ਆਇਲਸ ਐਂਡ ਇਮੀਗ੍ਰੇਸ਼ਨ ਦਸੂਆ ਜਿੱਥੇ ਆਇਲਸ ਅਤੇ ਪੀਟੀ ਦੇ ਨਾਲ ਲਗਵਾ ਸਕਦੇ ਹੋ ਹਰ ਤਰ੍ਹਾਂ ਦੇ ਸਟੱਡੀ ਤੇ ਵਿਜ਼ਿਟਰ ਵੀਜ਼ਾ। ਮਿਲੋ ਵੀਜ਼ਾ ਐਕਸਪਰਟ ਰਣਵੀਰ ਅਰੋੜਾ ਨਾਲ।